अस्सलाम वालेकुम दोस्तों वीरों सज्जनों की हाल है तुहाड़ा भरा इजाज़त तारण ते तुसीं वेख रहे जे तारण एग्री चैनल तुसीं वेख रहे जे तारण एग्री चैनल अज असीं आए जनाबे दी विहाड़ी दी सारी जमीन ते इत्थे साडे भरा ने इन्हां दा मल्टी लेजर सिस्टम है ते जिम्मेदारां वास्ते कम कर रहे ने ते पहले भी इन्हां दा इंटरव्यू कीता सी अज भी पुछने आ ने कि कि चीज़ है इस टाइम महंगाई दे दौर इस टाइम इन्हां दा की रेट चल रहा है। अस्सलाम वालेकुम भाई जी वाहिगुरु जी की नाम है अपने लेजर दा जी मल्टी लेजर जी अच्छा जी ਸਾਰੇ ਇਸ ਟਾਈਮ ਕਿ ਆਪਣਾ ਤੁਹਾਡੇ ਕੋਲ ਕਿ ਕੀ ਕਿਸ ਰੇਟ ਤੇ ਵੇਗੇ ਇਸ ਕਰਾ ਜੀ 6.5 ਲੱਖ ਤੋਂ ਲਾ ਕੇ ਤੇ 8.5 ਲੱਖ ਤੱਕ 6.5 ਤੋਂ 8.5 ਜਿਹਦੇ ਵਿੱਚ ਸਕ੍ਰੈਪਰ ਜਿਹੜਾ ਉਹ ਇੱਕ ਇੱਕ ਮਟੀਰੀਅਲ ਦਾ ਨਹੀਂ ਫਰਕ ਹੋਏਗਾ 6.5 ਵਾਲੇ ਚ ਫਰਕ ਹੋਏਗਾ ਅੱਛਾ ਜੀ 7.5 ਵਾਲੇ ਚ ਫਰਕ ਹੋਏਗਾ 8.5 ਵਾਲੇ ਚ ਫਰਕ ਹੋਏਗਾ ਮਸ਼ੀਨਾਂ ਦਾ ਫਰਕ ਹੋਏਗਾ ਮਸ਼ੀਨ ਨਹੀਂ ਗੱਲ ਕਰ ਰਿਹਾ ਮੈਂ ਸਕ੍ਰੈਪਰ ਦੀ ਗੱਲ ਕਰ ਰਿਹਾ ਵਜ਼ਨ ਦਾ weight ਦਾ ਹੋਏਗਾ weight ਦਾ ਫਰਕ ਹੋਏਗਾ weight ਦਾ ਫਰਕ ਹੋਏਗਾ ਆਪਣੇ ਕੋਲ ਸਭ ਤੋਂ ਅੱਛੀ ਮਸ਼ੀਨ ਕਿਹੜੇ ਕੋਲ ਲੱਗਦੀ ਹੈ ਜੀ USA ਦੀ ਹੈ ਉਹ ਕਿਹੜੀ ਹੈ ਜੀ ਇਹ ਅਲਫਾ ਜੀ USA ਦੀ ਮਸ਼ੀਨ ਅੱਛਾ ਇਹ USA ਦੀ ਹੈ ਇਹ USA ਇਹਦੀ ਕਿੰਨੀ ਰੇਂਜ ਹੈ ਇਹਦੀ ਰੇਂਜ 5 ਏਕੜ ਹੈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਇਹ ਸਾਈਨੈਕਸ ਆ ਗਈ ਹੈ ਜੀ ਜਰਮਨੀ ਦੀ ਮਸ਼ੀਨ ਹੈ ਜੀ ਅੱਛਾ ਜੀ ਇਹਦੀ ਰੇਂਜ 9 ਏਕੜ ਇੱਕ ਸਾਈਡ ਦੀ 9 ਏਕੜ 9 ਏਕੜ ਇੱਕ ਸਾਈਡ ਦੀ ਅੱਛਾ ਜੀ ਇਹ ਕਿਹੜੀ ਇਹ ਮਸ਼ੀਨ ਹੈ ਚਾਈਨਾ ਦੀ ਚਾਈਨਾ ਦੀ ਹਾਂ ਜੀ ਇਹਦੀ ਵੀ ਤਕਰੀਬਨ 7 ਤੋਂ 7.5 ਏਕੜ ਰੇਂਜ ਹੈ ਅੱਛਾ ਜੀ ਹਾਂ ਜੀ ਇਹਦੇ ਨਾਲ ਲੇਜ਼ਰ ਜਿਹੜਾ ਹੈ ਉਹ ਥੋੜਾ ਕੋਸਟਲੀ ਕਮ ਹੋ ਜਾਏਗਾ ਸਭ ਤੋਂ ਬਿਹਤਰ ਜਿਹੜਾ ਹੈ ਜੀ ਇਹ ਦੋ ਮਸ਼ੀਨ ਹੈ ਇਹ ਦੋ ਮਸ਼ੀਨਾਂ ਇਸ ਦੇ ਨਾਲ 6.5 ਲੱਖ ਰੁਪਇਆ ਜੀ ਉਹ ਬਾਕੀ ਆ ਜਾਂਦਾ ਹੈ ਪਿੱਛੇ ਅੱਗੇ ਲੇਜ਼ਰ ਤੇ ਹਾਂ ਜੀ ਜਿੰਨਾ ਕੋਈ weight ਚਾਹੇਗਾ ਉਸ ਮੁਤਾਬਕ ਉਹ ਪ੍ਰਾਈਸ ਨਿਕਲੇਗੀ ਅਸੈਂਬਲੀ ਕਿੱਟ ਕਿਹੜੀ ਉਹ ਕੱਚਾ ਹੈ ਇਟਲੀ ਦੀ ਚਾਰ ਹੈ ਚਾਈਨਾ ਦੀ ਚਾਰ ਹੈ ਉਹ ਕਸਟਮਰ ਦੀ ਡਿਮਾਂਡ ਤੇ ਅੱਗੇ ਪ੍ਰਾਈਸ ਚੇਂਜ ਸਾਰੇ ਦੱਸੋ ਕਿ ਅਲਫਾ ਦੇ ਨਾਲ ਕਿਹੜਾ ਸੋਸੀ ਸੈੱਟ ਦੇ ਰਹੇ ਹੋ ਇਹ ਸੈੱਟ ਦੇ ਰਹੇ ਹਾਂ ਜੀ ਅਲਫਾ ਦੇ ਨਾਲ ਸਾਰਾ ਅਮਰੀਕਨ ਹੋਏਗਾ ਜੀ ਇਹ ਆਪਣਾ ਬਣਿਆ ਮਲਟੀ ਲੇਜ਼ਰ ਦਾ ਸਹੀ ਇਹ ਮਲਟੀ ਲੇਜ਼ਰ ਦਾ ਆਪਣਾ ਤਿਆਰ ਹੋਇਆ ਹੈ ਜੀ ਇਹ ਕੰਟਰੋਲ ਬਾਕਸ ਹੈ ਸਹੀ ਇਹ ਰਿਸੀਵਰ ਹੈ ਠੀਕ ਹੋ ਗਿਆ ਜੀ ਇਹ ਅਲਫਾ ਦੇ ਨਾਲ ਆ ਰਿਹਾ ਜੀ ਪ੍ਰਾਈਸ ਕਿੰਨੀ ਦੱਸੀ ਅਲਫਾ ਦੀ ਅਲਫਾ ਦੀ ਪ੍ਰਾਈਸ ਅਲਫਾ ਦੀ ਪ੍ਰਾਈਸ ਫਿਰ ਅੱਗੇ ਆ ਜਾਂਦਾ ਉਹਦੇ ਤੇ ਸਕ੍ਰੈਪਰ ਤੇ ਡਿਪੈਂਡ ਕਰਦਾ ਹੈ ਵੈਸੇ ਜਿਹੜਾ ਇਸ ਟਾਈਮ ਸਭ ਤੋਂ ਅੱਛਾ ਲੇਜ਼ਰ ਚੱਲ ਰਿਹਾ ਹੈ ਉਹ 7,95,000 ਰੁਪਏ ਦਾ ਹੈ ਇਸ ਤੋਂ ਬਾਅਦ 8.5 ਲੱਖ 6.5 ਤੋਂ 8.5 ਦੇ ਦਰਮਿਆਨ ਇਹ ਰੀਜ਼ਨੇਬਲ ਪ੍ਰਾਈਸ ਹੈ ਇਸ ਤੋਂ ਥੱਲੇ ਵੀ ਨੁਕਸਾਨ ਹੈ ਤੇ ਇਸ ਤੋਂ ਉੱਪਰ ਵੀ ਜ਼ਿੰਮੇਦਾਰ ਦਾ ਨੁਕਸਾਨ ਹੈ ਸਕ੍ਰੈਪਰ ਦਾ ਜਿਹੜਾ ਇੱਕ ਮਿਆਰੀ ਵਜ਼ਨ ਉਹ ਕਿੰਨਾ ਹੁੰਦਾ ਹੈ 1000 ਕੇਜੀ ਤੋਂ ਉੱਪਰ 1000 ਕੇਜੀ ਹਾਂ ਤੇ ਟਰੈਕਟਰ ਦੇ ਵਾਸਤੇ ਕਿਹੜਾ ਕਾਮਯਾਬ ਕੋਈ ਵੀ ਕੋਈ ਕਿੰਨੇ ਹਾਰਸ ਪਾਵਰ ਤੋਂ ਜ਼ਿਆਦਾ ਬਲਾਰਸ 385 375 ਫੀਅਟ ਸਾਰੇ ਚਲਾਉਂਦੇ ਨੇ ਲੇਕਿਨ ਇਸ ਤੋਂ ਛੋਟੇ ਜਿਹੜੇ ਆ ਉਹਨਾਂ ਵਾਸਤੇ ਫਿਰ ਸਕ੍ਰੈਪਰ ਦਾ weight ਕੰਮ ਕਰਨਾ ਪੈਂਦਾ ਹੈ ਸਾਈਜ਼ ਥੋੜਾ ਜਿਹਾ ਕੰਮ ਕਰਨਾ ਪੈਂਦਾ ਠੀਕ ਹੈ ਜੀ ਤੇ ਇੱਕ ਮੈਂ ਸਵਾਲ ਆਪਣੇ ਰਾਜ ਭਾਈ ਨਾਲ ਕਰਦਾ ਚਾਹਣਾ ਜਿਸ ਤਰੀਕੇ ਤੁਸੀਂ 5 ਕਿਲੇ ਦੱਸੇ ਆਮ ਜ਼ਮੀਂਦਾਰ ਜਿਹੜੇ ਵੀਡੀਓ ਵੇਖੇਗਾ ਉਹ ਕਹਿੰਦਾ ਫਿਰ ਮੇਰੀ 5 ਕਿਲੇ ਬਾਅਦ ਦੱਸਦੇ ਨੇ 5 ਕਿਲੇ ਮਤਲਬ ਚਾਰੋਂ ਤਰਫ 25 ਕਿਲੇ ਦਾ ਮੁਰੱਬੇ ਦੀ ਕਵਰ ਕਰੇਗੀ ਇਹ ਗੱਲ ਸਾਡੇ ਦੋਸਤਾਂ ਨੂੰ ਦੱਸਦੇ ਵੀ ਮੁਰੱਬਾ 5 ਏਕੜ ਇੱਕ ਸਾਈਡ ਦੇ ਰਹੇ ਮਤਲਬ ਚਾਰ ਚੁਫੇਰੇ 25 ਕਿਲੇ ਹਾਂਜੀ ਚਾਰ ਸਾਈਡਾਂ ਬਣਦੀਆਂ ਨੇ ਇੱਕ ਸਾਈਡ ਦੀ 5 ਏਕੜ ਦੇ ਹਾਂਜੀ ਦੋਸਤੋ ਹਾਂਜੀ ਦੋਸਤੋ ਮੁਰੱਬੇ ਦੇ ਵਿੱਚ ਇੱਕ ਵਾਰੀ ਮਸ਼ੀਨ ਲਾਣੀ ਹੈ ਪੂਰਾ ਮੁਰੱਬਾ ਤੁਸੀਂ ਲੈਵਲ ਕਰ ਸਕਦੇ ਜੀ ਛੋਟੇ ਟਰੈਕਟਰ ਵਾਸਤੇ ਸਕ੍ਰੈਪਰ ਜਿਹੜਾ ਹੈ ਉਹ ਤੁਹਾਨੂੰ ਥੋੜਾ ਜਿਹਾ ਲੂਜ਼ ਮਿਲੇਗਾ ਜਿਹੜਾ ਵੱਡੇ ਟਰੈਕਟਰ ਵਾਸਤੇ 1000 ਕੇਜੀ ਤੋਂ ਘੱਟ ਨਹੀਂ ਲੈਣਾ ਕਿਉਂ ਕਿਉਂ ਉਸ ਤੇ ਮਾੜਾ ਲਾਵੋ ਉਹਦੇ ਤੇ ਸਕ੍ਰੈਪਰ ਟੁੱਟਣ ਦੀ ਗਰੰਟੀ ਹੋ ਸਕਦੀ ਹੈ 1000 ਕੇਜੀ ਵਾਲਾ ਸਕ੍ਰੈਪਰ ਜਿਹੜਾ ਇਹ ਟੁੱਟਦਾ ਨਹੀਂ ਬਿਲਕੁਲ ਟੁੱਟਣ ਦੀ ਵੀ ਹੁੰਦਾ ਪ੍ਰੋਬਲਮ ਉਸ ਤੋਂ ਬਾਅਦ ਲੇਜ਼ਰ ਕਰਨ ਤੋਂ ਬਾਅਦ ਅਗਰ ਜ਼ਮੀਨ ਹੀ ਬਰੀਕ ਨਹੀਂ ਹੋਈ ਤੇ ਲੇਜ਼ਰ ਕਰਨ ਦਾ ਫਾਇਦਾ ਕੋਈ ਨਹੀਂ ਲੇਜ਼ਰ ਕਰਦਾ ਫੇਰ ਹੋਏਗਾ ਤੇ ਉਹ ਜ਼ਮੀਨ ਨੂੰ ਠੀਕ ਕਰੇਗਾ ਬਿਲਕੁਲ ਬਰੀਕ ਕਰ ਦੇ ਅੱਛਾ ਬਰਾਬਰ ਭਾਈ ਇੱਕ ਨਵਾਂ ਸੁਣਿਆ ਗੱਲ ਵੀ ਜਿਹੜਾ ਲੇਜ਼ਰ ਆ ਰਹੇ ਨੇ ਸੈਟਲਾਈਟ ਦੇ ਜ਼ਰੀਏ ਚੱਲਦੇ ਨੇ ਇਹਨਾਂ ਰਿਸੀਵਰਾਂ ਦੀ ਲੋੜ ਹੀ ਨਹੀਂ ਉਹ ਵੀ ਕੋਈ ਗੱਲ ਹੈ ਜੀ ਜੀ ਬਿਲਕੁਲ ਹੈਗੀ ਹੈ ਉਹ ਬਲਕਿ ਇੱਕ ਲੇਜ਼ਰ ਆਪਣੇ ਇੱਥੇ ਏਰੀਆ ਦੇ ਵਿੱਚ ਚੱਲਦਾ ਵੀ ਪਿਆ ਹੈ ਉਹ ਇਸ ਟਾਈਮ ਫਾਰ ਸੇਲ ਤੇ ਲੱਗਿਆ ਹੋਇਆ ਪੂਰਾ ਕੀ ਕਾਮਯਾਬ ਹੈ ਨਹੀਂ ਕਾਮਯਾਬ ਕਾਮਯਾਬ ਨਹੀਂ ਹੋਇਆ ਜਿਸ ਵਜ੍ਹਾ ਤੋਂ ਉਹਨਾਂ ਨੇ ਫਾਰ ਸੇਲ ਤੇ ਲਗਾ ਦਿੱਤਾ ਮਤਲਬ ਜ਼ਿਮੀਂਦਾਰਾਂ ਨੂੰ ਚਾਹੀਦਾ ਹੈ ਮਤਲਬ ਉਹ ਜਿਹੜਾ ਸੈਟਲਾਈਟ ਵਾਲਾ ਸਿਸਟਮ ਨਾ ਲੈਣ ਨਾ ਲੈਣ ਉਹ ਚੀਜ਼ ਲੈਣ ਜਿਹਦੀ ਹਰ ਜਗ੍ਹਾ ਤੋਂ ਰਿਪੇਅਰਿੰਗ ਵੀ ਹੈ ਜਿਹੜੀ ਉਹ ਕੰਮ ਕਰਵਾ ਸਕਦੇ ਨੇ ਉਹਨੂੰ ਖੁਦਾ ਨਾ ਖਾਸਤਾ ਕੋਈ ਮਸਲਾ ਬਣ ਗਿਆ ਤਾਂ ਆਊਟ ਕੰਟਰੀ ਤੋਂ ਇਲਾਵਾ ਉਹਦਾ ਕੋਈ ਹੱਲ ਕੋਈ ਨਹੀਂ ਤੁਸੀਂ ਕੋਈ ਵੀ ਮੇਰਾ ਭਰਾ ਸੱਜਣ ਪਾਕਿਸਤਾਨ ਦੇ ਵਿੱਚ ਮਲਟੀ ਲੇਜ਼ਰ ਹੋਵੇ ਤੁਹਾਡੇ ਕੋਲ ਮੁਰੰਮਤ ਕਰਾਵੇ ਫੌਰੀ ਮੁਰੰਮਤ ਕਰਦੇ ਜੇ ਜੀ ਬਿਲਕੁਲ ਫੌਰੀ ਮੁਰੰਮਤ ਕਰਨਾ 2 ਘੰਟੇ ਦਾ ਟਾਈਮ ਹੈ 2 ਘੰਟੇ ਦੇ ਵਿੱਚ ਅਗਰ ਨਹੀਂ ਰਿਪੇਅਰ ਕਰ ਸਕਦੇ ਆ ਉਹਦੇ ਤੇ ਟਾਈਮ ਜ਼ਿਆਦਾ ਲੱਗਦਾ ਹੈ ਚੀਜ਼ ਦੇ ਬਦਲੇ ਉਹਨਾਂ ਨੂੰ ਚੀਜ਼ ਦੇਵਾਂਗੇ ਇਨਸ਼ਾਅੱਲਾ ਬੈਕਅਪ ਤੇ ਜਾਂ ਕੋਈ ਆਪਣੀ ਚੀਜ਼ ਚਲਾਣ ਜਦੋਂ ਉਹਨਾਂ ਦੀ ਚੀਜ਼ ਠੀਕ ਹੋ ਜਾਏ ਉਦੋਂ ਵਾਪਸ ਕਰਕੇ ਆਪਣੀ ਚੀਜ਼ ਲੈ ਜਾ ਸਕਦੇ ਜੀ ਭਰਾ ਭਾਈ ਤੁਹਾਡਾ ਨੰਬਰ ਦਿਆ ਤੇ ਸਕਰੀਨ ਦੇ ਉੱਤੇ ਜੀ ਜ਼ਿਮੀਂਦਾਰ ਭਰਾ ਜਿਹੜੇ ਮੁਰੰਮਤ ਕਰਾਣੇ ਜਾਣ ਨੰਬਰ ਤੁਸੀਂ ਆਪਣਾ ਕੋਈ ਬੋਲ ਕੇ ਦੱਸ ਵੀ ਦਿਓ ਭਰਾਵਾਂ ਨੂੰ 0324 3132092 0324 3132092 ਹੈੱਡ ਆਫਿਸ ਦੀਪਾਲਪੁਰ ਹੈ ਜੀ 0302 4933 841 ਤੁਹਾਡੀਆਂ ਕਿੰਨੀਆਂ ਬ੍ਰਾਂਚਾਂ ਨੇ ਜੀ ਜੀ ਇਸ ਟਾਈਮ ਹੈੱਡ ਆਫਿਸ ਦੀਪਾਲਪੁਰ ਹੈ ਇਹ ਵਿਹਾੜੀ ਬ੍ਰਾਂਚ ਮਤਲਬ ਤੁਹਾਡੀ ਦੋ ਬ੍ਰਾਂਚਾਂ ਨੇ ਹਾਂਜੀ ਦੀਪਾਲਪੁਰ ਤੇ ਵਿਹਾੜੀ ਵਿਹਾੜੀ ਬ੍ਰਾਂਚ ਦੋਸਤੋ ਸਾਡੇ ਨਾਲ ਹੈਗੇ ਸਨ ਬਿਲਾਲ ਭਾਈ ਬਲਕਿ ਮੌਜੂਦ ਨੇ ਆਪਣਾ ਚੈਨਲ YouTube ਤੇ ਸੌਰੀ ਆਪਣਾ ਪਾਕਿਸਤਾਨ ਤੇ YouTube ਵੀ ਹੈ ਤੇ Facebook ਵੀ ਹੈ ਤੇ ਇਹ ਪਿੱਛੇ ਜਿਹੜਾ ਰੈਕ ਬਣਿਆ ਹੋਇਆ ਵਿੱਚ ਪਈਆਂ ਮਸ਼ੀਨਾਂ ਇਹਨਾਂ ਨੂੰ ਵੇਖ ਲਓ ਤੇ ਬਾਹਰ ਪਿਆ ਜਨਾਬ ਇਹਦਾ ਲੇਜ਼ਰ ਸਿਸਟਮ ਉਹਨਾਂ ਨੂੰ ਜ਼ਰਾ ਨਾ ਵਿਜ਼ਿਟ ਮਾਰ ਲਓ ਫੋਨ ਹੈ।
इंशाल्लाह जी कोई मेरा भरा सज्जन वीर आवे तां एक तो चीज अच्छी मिले दी एक नंबर मिले दी दो नंबर चीज मिले दी ते फिर असीं वी इंशाल्लाह उहदे नाल गल करांगे नाल ते भरा सज्जनो वीरो विजिट जरूर करियो बिहाड़ी दे विच ते लेदर चैक करो चैक करन तों बाद इस्तेमाल करो मेहरबानी।